ਸਤਿ ਸ਼੍ਰੀ ਅਕਾਲ ਦੋਸਤੋ ਕੋਈ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ ਨਿਊਜ਼ ਚੈਨਲ ਤੇ ਮੈਂ ਹਾਂ ਤਰਸੇਮ ਸਿੰਘ ਮਠਾੜੂ ਲੈ ਕੇ ਆਤਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਸਵੇਰ ਦੀਆਂ ਤਾਜ਼ਾ ਤਰੀਨਾ ਬਾਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲੇ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਦੀ ਗਰੁੱਪ ਬੀਮਾ ਸਕੀਮ ਦੀ ਆਦਾਈਗੀ 'ਚ ਵਾਅਦਾ 32 ਸਾਲਾਂ ਬਾਅਦ ਜੀਆਈਐਸ ਦੀਆਂ ਦਰਾਂ 'ਚ ਸੋਧਾ ਮਾਨ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ ਪੰਜਾਬ ਚ ਹੁਣ ਹੋਵੇਗੀ ਫਰਦਾਂ ਦੀ ਹੋਮ ਡਿਲੀਵਰੀ ਸਿੱਖਿਆ ਚ ਨੰਬਰ 1 ਦੇ ਪੰਜਾਬ ਦੇ ਸਕੂਲ ਖੇਹਰਾ ਨੇ ਕਿਹਾ ਹੁਣ ਕੇਜਰੀਵਾਲ ਕਰਨ ਪੰਜਾਬ ਮਾਡਲ ਦਾ ਪ੍ਰਚਾਰ ਆ ਮਾਂ ਸਰਕਾਰ ਦੀ ਵੱਡੀ ਕਾਰਵਾਈ ਮਠੰਡਾ ਦਾ ਆਰਟੀਓ ਕੀਤਾ ਮੁਅਤਲ ਪੰਜਾਬ ਚ ਟਾਂ ਦੇ ਭਾਅ ਚ 500 ਰੁਪਏ ਦਾ ਵਾਅਦਾ ਹੁਣ 6000 ਰੁਪਏ ਚ ਮਿਲੇਗੀ 1000 ਜਾਣਕਾਰੀ ਕਿਸਾਨਾਂ ਨੇ 6 ਤੋਂ 10 ਜੂਨ ਤੱਕ ਪੰਜਾਬ ਦੇ ਪਿੰਡਾਂ ਵਿੱਚ ਪੱਕੇ ਧੰਨੇ ਲਗਾਉਂਦਾ ਲਿਆ ਫੈਸਲਾ ਕੋਸ਼ ਕਰਦੇ 4358 ਕਾਂਸਟੇਬਲ ਭਰਤੀ ਨੂੰ ਮਾਨ ਸਰਕਾਰ ਵੱਲੋਂ ਮਨਜ਼ੂਰੀ ਜਲਦ ਮਿਲਣਗੇ ਨਿਯੁਕਤੀ ਪੱਤਰ ਨਵਜੋਤਕਰ ਸਿੱਧੂ ਨੇ ਸਿੱਧੂ ਨੂੰ ਲੈ ਕੇ ਆਖੀਏ ਇਹ ਗੱਲ ਸੀਆ ਮਾਂ ਦੀ ਕੀਤੀ ਤਾਰੀਫ ਯੂਏਈ ਨੇ ਭਾਰਤੀਆਂ ਦਿੱਤਾ ਵੱਡਾ ਝਟਕਾ ਜੇਬ ਤੇ ਪਵੇਗਾ ਵੱਡਾ ਅਸਰ 1 ਜੂਨ ਤੋਂ ਮਹਿੰਗੀਆਂ ਹੋ ਰਹੀਆਂ ਇਹ ਚੀਜ਼ਾਂ ਤੁਹਾਡੀ ਜੇਬ ਤੇ ਪਵੇਗਾ ਬੋਝ ਮਜ਼ਦੂਰਾਂ ਨੇ ਖੋਲਿਆ ਆਪ ਸਰਕਾਰ ਖਿਲਾਫ ਮੋਰਚਾ 6000 ਰੁਪਏ ਪ੍ਰਤੀ ਏਕੜ ਮੰਗੀ ਮਜ਼ਦੂਰੀ ਦਿਹਾੜੀ 700 ਰੁਪਏ ਹੋਵੇ ਦਿੱਲੀ ਸਣੇ ਦੇਸ਼ ਦੇ ਇਨਸ ਹਿੱਸੇ 'ਚ بارش ਦਾ ਅਲਰਟ ਜਨ ਮਾਨਸੂਨ ਨੂੰ ਲੈ ਕੇ ਆਈਐਮਡੀ ਦੀ ਤਾਜ਼ਾ ਅਪਡੇਟ ਕਰ ਬਣਾਉਣਾ ਹੋਇਆ ਸੌਖਾ ਸੀਮਿੰਟ ਦੀ ਕੀਮਤਾਂ 'ਚ 20 ਰੁਪਏ ਦੀ ਗਿਰਾਵਟ ਜਾਣੋਂ ਕਾਰਨ ਤਾਂ ਦੋਸਤੋ ਅੱਜ ਅਪਣੀ ਇਸ ਵਾਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲਬਾਤ ਕਰਦੇ ਆਂ ਜੇ ਇਹਨਾਂ ਖਬਰਾਂ ਦੀ ਵਿਸਤਾਰ ਨਾਲ ਉਸ ਤੋਂ ਪਹਿਲਾਂ ਜਿਹੜੇ ਦੋਸਤੋ ਮਿੱਤਰ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਲੇ ਤਾਂ ਜੋ ਜਿਹੜੀਆਂ ਅਸੀਂ ਨਵੀਆਂ ਖਬਰਾਂ ਪਾਇਆ ਕਰਾਂਗੇ ਉਹਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰੂਗੀ। ਹਾਂ ਦੋਸਤੋ ਸ਼ੁਰੂਆਤ ਕਰਦੇ ਆਂ ਜੀ ਪਹਿਲੀ ਵੱਡੀ ਖਬਰ ਦੀ ਕਿ ਪੰਜਾਬ ਦੇ ਮੁਲਾਜ਼ਮਾਂ ਦੀ ਗਰੁੱਪ ਬੀਮਾ ਸਕੀਮ ਦੀ ਅਦਾਇਗੀ 'ਚ ਵਾਧਾ 32 ਸਾਲਾਂ ਬਾਅਦ ਜੀਆਈਐਸ ਦੀਆਂ ਦਰਾਂ 'ਚ ਸੋਧ ਦੋਸਤੋ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਗਰੁੱਪ ਬੀਮਾ ਸਕੀਮ ਜੀ ਆਈ ਐਸ ਡੀ ਅੱਜ ਦੇ ਗਿਵ ਤੇ ਚਾਰ ਗੁਣਾ ਵਾਅਦਾ ਕਰ ਦਿੱਤਾ ਹੈ ਇਹ ਬਾਬਤ ਇਸ ਬਾਬਤ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ ਤਾਂ ਜੋ ਪੰਜਾਬ ਦੇ ਮੁਲਾਜ਼ਮਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਭਵਿੱਖ ਹੋਰ ਬਿਹਤਰ ਹੋ ਸਕੇ ਇਸ ਸੰਬੰਧੀ ਜਾਣਕਾਰੀ ਦਿੰਦਾ ਇੱਕ ਬੁਲਾਰੇ ਨੇ ਦੱਸਿਆ ਕਿ ਕਿਸੇ ਕਰਮਚਾਰੀ ਦੀ ਸੇਵਾ ਦੌਰਾਨ ਮੌਤ ਹੋ ਜਾਂ ਜਾਂ ਸੇਵਾ ਮੁਕਤੀ ਸਮੇਂ ਉਸ ਨੂੰ 15000 ਰੁਪਏ ਤੋਂ 120000 ਰੁਪਏ ਦੀ ਅਦਾਇਗੀ ਕੀਤੀ ਜਾਂਦੀ ਹੈ ਜੋ ਹੁਣ ਤੱਕ 60000 ਰੁਪਏ ਤੋਂ 480000 ਰੁਪਏ ਕਰ ਦਿੱਤੀ ਗਈ ਹੈ ਤੇ ਸਰਕਾਰ ਦਾ ਇਹ ਫੈਸਲਾ 1 ਜਨਵਰੀ 2023 ਤੋਂ ਲਾਗੂ ਹੋਵੇਗਾ। ਮਾਨ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ ਪੰਜਾਬ 'ਚ ਹੁਣ ਹੋਵੇਗੀ ਫਰਦਾਂ ਦੀ ਹੋਮ ਡਿਲੀਵਰੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਮਾਲ ਵਿਭਾਗ ਵਿੱਚ ਸੁਧਾਰਨ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਤਹਿਤ ਉਹਨਾਂ ਮਾਲ ਮਹਿਕਮੇ ਵਿੱਚ ਮਾਲ ਰਿਕਾਰਡ ਦੇ ਡਿਜੀਟਲ ਕਰਨ ਦੀ ਮંજੂਰੀ ਦੇ ਦਿੱਤੀ ਹੈ ਤੇ ਸਰਕਾਰ ਇਸ ਦੇ ਲਈ ਨੇੜਲੇ ਭਵਿੱਖ ਵਿੱਚ ਇੱਕ ਆਨਲਾਈਨ ਪੋਰਟਲ ਜਾਰੀ ਕਰੇਗੀ ਫੋਨ ਤੇ ਲੋਕ ਗਰਦਾਵਰੀਆਂ ਵੇਖ ਸਕਣਗੇ ਤੇ ਸਰਕਾਰ ਫਰਜ਼ਾਨੀ ਹੋਮ ਡਿਲੀਵਰੀ ਵੀ ਕਰੇਗੀ ਲੋਕਾਂ ਨੂੰ ਐਸ ਐਸ ਐਮ ਐਸ ਜਾਂ ਈਮੇਲ ਰਾਹੀਂ ਜਾਣਕਾਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਹਰੇਕ ਅਕਾਊਂਟ ਨੂੰ ਫੋਨ ਨੰਬਰ ਨਾਲ ਜੋੜਿਆ ਜਾਵੇਗਾ ਇਹ ਕਦਮ مالی ਵਿਭਾਗ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਉਦੇਸ਼ ਨਾਲ ਚੁੱਕਿਆ ਜਾ ਰਿਹਾ ਹੈ ਸਿੱਖਿਆਤ ਨੰਬਰ 1 ਅਤੇ ਪੰਜਾਬ ਦੇ ਸਕੂਲ ਖੇਹਰਾਂ ਨੇ ਕਿਹਾ ਹੁਣ ਕੇਜਰੀਵਾਲ ਕਰਨ ਪੰਜਾਬ ਮਾਡਲ ਦਾ ਪ੍ਰਚਾਰ ਸਿੱਖਿਆ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਨੈਸ਼ਨਲ ਅਚੀਵਮੈਂਟ ਸਰਵੇ 2021 ਦੀ ਰਿਪੋਰਟ ਵਿੱਚ ਪੰਜਾਬ ਬਾਕੀ ਰਾਜਾਂ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਰਾਜ ਬਣਿਆ ਤੇ ਐਨ ਏ ਐਸ ਇੱਕ ਰਾਸ਼ਟਰੀ ਪੱਧਰ ਦਾ ਮੁਲਾਂਕਣ ਸਰਵੇਖਣ ਹੈ ਜੋ ਨਵੀਆਂ ਵਿਦਿਅਕ ਨੀਤੀਆਂ ਨੂੰ ਤਿਆਰ ਕਰਨ ਲਈ ਲਾਭਦਾਇਕ ਹੈ 2021 ਦੀ ਜਾਈ ਰਿਪੋਰਟ ਮੁਤਾਬਕ ਤੀਜੀ ਪੰਜਵੀਂ ਅੱਠਵੇਂ ਤੇ 10ਵੇਂ ਜਮਾਤ ਸਬੰਧੀ ਕਰਵਾਏ ਸਰਵੇਖਣ ਵਿੱਚ ਪੰਜਾਬ ਕੌਮੀ ਪੱਧਰ ਤੇ ਅੱਗੇ ਰਿਹਾ ਮਾਨ ਸਰਕਾਰ ਦੀ ਵੱਡੀ ਕਾਰਵਾਈ ਬਠਿੰਡਾ ਦਾ ਆਰਟੀਓ ਕੀਤਾ ਮਾਤਲਾ ਦੋਸਤੋ ਮਾਨ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਪ੍ਰਾਈਵੇਟ ਟ੍ਰਾਂਸਪੋਰਟਰਾਂ ਨੂੰ ਪਰਮਿਟ ਜਾਰੀ ਕਰਨ ਦੇ ਮਾਮਲੇ ਵਿੱਚ ਬਠਿੰਡਾ ਦੇ ਆਰਟੀਓ ਬਲਵਿੰਦਰ ਸਿੰਘ ਨੂੰ ਮੁਅਤਲ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਇਹ ਕਾਰਵਾਈ ਪੰਜਾਬ ਸਰਕਾਰ ਤੇ ਟ੍ਰਾਂਸਪੋਰਟ ਮੰਤਰੀ ਲਾਜੀਤ ਭੁੱਲਰ ਵੱਲੋਂ ਪਿਛਲੇ ਦਿਨੀ ਬਠਿੰਡਾ ਆਰਟੀਓ ਦਫ਼ਤਰ ਵਿੱਚ ਕੀਤੀ ਗਈ ਛਾਪੇਮਾਰੀ ਨਾਲ ਜੋੜ ਕੇ ਵੇਖੀ ਜਾ ਰਹੀ ਹੈ ਕਿਉਂਕਿ ਟ੍ਰਾਂਸਪੋਰਟ ਮੰਤਰੀ ਲਾਜੀਤ ਭੁੱਲਰ ਵੱਲੋਂ ਮੀਡੀਆ ਸਾਹਮਣੇ ਪ੍ਰਾਈਵੇਟ ਟ੍ਰਾਂਸਪੋਰਟਰਾਂ ਨੂੰ ਟ੍ਰਾਂਸਪੋਰਟ ਦਫ਼ਤਰ ਵਿੱਚ ਬੈਠੇ ਰਹਿਣ ਨੂੰ ਲੈ ਕੇ ਸਖਤ ਹਦਾਇਤ ਕੀਤੀ ਸੀ ਉਥੇ ਮੰਤਰੀ ਵੱਲੋਂ ਆਰਟੀਓ ਬਠਿੰਡਾ ਨੂੰ ਵੀ ਰਵਾਇਤੀ ਪਾਰਟੀਆਂ ਦੇ ਕਲਚਰ ਨੂੰ ਛੱਡਾਂ ਦੀ ਚੇਤਾਵਨੀ ਦਿੱਤੀ ਗਈ ਸੀ ਦੱਸਣ ਜੋਗੇ ਕਿ ਬਠਿੰਡਾ ਦੀ ਆਰਟੀਓ ਦਫ਼ਤਰ ਵਿੱਚ ਜਿਸ ਦਿਨ ਟ੍ਰਾਂਸਪੋਰਟ ਮੰਤਰੀ ਲਾਜੀਤ ਭੁੱਲਰ ਵੱਲੋਂ ਛਾਪੇਮਾਰੀ ਕੀਤੀ ਗਈ ਉਸ ਦਿਨ ਪ੍ਰਾਈਵੇਟ ਟ੍ਰਾਂਸਪੋਰਟ ਆਰਟੀਓ ਦਫ਼ਤਰ ਵਿੱਚ ਬੈਠੇ ਸਨ ਦੱਸਦੇ ਕਿ ਬਰਖਾਸਤਗੀ ਨੋਟਿਸ ਵਿੱਚ ਲਿਖਿਆ ਗਿਆ ਕਿ ਬਲਵਿੰਦਰ ਸਿੰਘ ਪੀਪੀਐਸ 77 ਰੀਗIONAL ਟ੍ਰਾਂਸਪੋਰਟ ਅਥਾਰਟੀ ਬਠਿੰਡਾ ਨੂੰ ਪੰਜਾਬ ਨੀਅ ਸਿਵਲ ਸੇਵਾਵਾਂ ਸੱਜਾ ਅਤੇ ਅਪੀਲ ਨਿਯਮਾਂ ਵਾਲੀ 1970 ਦੇ ਨਿਯਮ 4 ਬਟ ਇੱਕ ਅਧੀਨ ਤੁਰੰਤ ਪ੍ਰਭਾਵ ਤੋਂ ਮੁਤੱਲ ਕੀਤਾ ਗਿਆ ਹੈ ਪੰਜਾਬ ਚਿੱਟਾਂ ਦੇ ਭਾਅ ਚ 500 ਰੁਪਏ ਦਾ ਵਾਧਾ ਹੁਣ 6000 ਰੁਪਏ ਚ ਮਿਲੇਗੀ 1000 ਇੱਟ ਜਾਣੂਕਰਨ ਉਹ ਤੋਂ ਪਿਛਲੇ 1 ਸਾਲ ਤੋਂ ਮਹਿੰਗਾਈ ਦੀ ਅਗਵਾਜ ਸਾੜ ਰਹੇ ਕੋਲੇ ਨੇ ਪੱਠਾ ਕਾਰੋਬਾਰਨ ਸ਼ਬਦ ਵੱਧ ਪ੍ਰਭਾਵਿਤ ਕੀਤਾ ਹੈ ਪੰਜਾਬ ਵਿੱਚ ਇੱਟਾਂ ਦੀ ਕੀਮਤ 5500 ਰੁਪਏ ਪ੍ਰਤੀ 1000 ਤੋਂ ਵੱਧ ਕੇ 6000 ਰੁਪਏ ਪ੍ਰਤੀ ਇੱਟ ਹੋ ਗਈ ਹੈ ਹਾਂ ਤਾਂ ਕੋਲੇ ਦੀ ਕੀਮਤ ਪਿਛਲੇ 1 ਸਾਲ ਵਿੱਚ 10000 ਰੁਪਏ ਪ੍ਰਤੀ ਟਨ ਤੋਂ ਵਧ ਕੇ 25000 ਰੁਪਏ ਪ੍ਰਤੀ ਟਨ ਹੋ ਗਈ ਹੈ ਜੀਐਸਟੀ ਵੀ 5% ਤੋਂ ਵਧਾ ਕੇ 12% ਕਰ ਦਿੱਤਾ ਗਿਆ ਜਿਸ ਇੱਚ ਇਟਾ ਦੀ ਕੀਮਤ ਵਿੱਚ ਕਾਫੀ ਵਾਧਾ ਹੋ ਗਿਆ ਜਦ ਕਿ ਇਟਾ ਦੇ ਰੇਟ 'ਚ ਉਸ ਅਨੁਪਾਤ 'ਚ ਵਾਧੇ ਨਾਲ ਕਾਫੀ ਕਮੀ ਆਈ ਹੈ ਕਿਸਾਨਾਂ ਨੇ 6 ਤੋਂ 10 ਜੂਨ ਤੱਕ ਪੰਜਾਬ ਦੇ ਪਿੰਡਾਂ 'ਚ ਪੱਕੇ ਧਾਨੇ ਲਾਉਣ ਦਾ ਲਿਆ ਫੈਸਲਾ ਦੋਸਤੋ ਭਾਰਤ-ਪਾਕਿਸਤਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਕੱਲ ਪਿੰਡ ਭੋਤਨਾ ਵਿਖੇ ਸੂਬਾ ਕਮੇਟੀ ਦੀ ਮੀਟਿੰਗ ਜੁਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਜਥੇਬੰਦੀ ਦੇ ਜਰਨਲ ਖਤਰ ਸੁਖਦੇਵ ਸਿੰਘ ਕੋਕਰੀ ਕਲਾਨੀ ਦੱਸਿਆ ਕਿ ਧਰਤੀ ਹੇਠਲੇ ਪਾਣੀ ਦੇ ਬਚਾਅ ਅਤੇ ਬਿਜਲੀ ਦੀ ਕਿਰਲੇ ਦੇ ਮਦਦ ਲਈ ਜਥੇਬੰਦੀ ਵੱਲੋਂ ਲਗਾਤਾਰ ਜਾਗਰੂਕਤਾ ਮੁਹਿੰਮ ਪੰਜਾਬ ਪੱਧਰ ਤੇ ਚਲਾਈ ਜਾ ਰਹੀ ਹੈ ਇਸ ਦੇ ਅਗਲੇ ਪੜਾਅ ਤਹਿਤ 6 ਤੋਂ 10 ਜੂਨ ਤੱਕ ਪੰਜਾਬ ਭਰ ਵਿੱਚ ਪਿੰਡਾਂ-ਪਿੰਡਾਂ ਵਿੱਚ ਪਾਣੀ ਦੀਆਂ ਟੈਂਕੀਆਂ ਜਾ ਰਹੀਆਂ ਜਾਂ ਪਾਣੀ ਦੀਆਂ ਟੈਂਕੀਆਂ ਜਾਂ ਹੋਰ ਸਾਧਨਾਂ ਦੇ ਥਾਵਾਂ ਤੇ ਪੰਜ ਰੋਜਾ ਪੱਕੇ ਧਾਨੇ ਲਾਏ ਜਾਣਗੇ ਇਹਨਾਂ ਧਾਰਨਿਆਂ ਦਾ ਮਕਸਦ ਸਰਕਾਰ ਨੂੰ ਜਥੇਬੰਦੀ ਵੱਲੋਂ ਭੇਜੀਆਂ ਮੰਗਾਂ ਦੀ ਪੂਰਤੀ ਕਰਵਾਉਣਾ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਚ ਝੋਨੇ ਦੀ ਸਿੱਧੀ ਉਪਜਾਇ ਲਈ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੀ ਹੈ ਪਰ ਇਸ ਦੇ ਲਈ ਰਿਸਕ ਪਟਾ ਸਿਰਫ 1500 ਰੁਪਏ ਜੜਖਿਸ਼ ਨੂੰ ਵਧਾ ਕੇ 10000 ਰੁਪਏ ਕੀਤਾ ਜਾਣਾ ਚਾਹੀਦਾ ਹੈ ਇਸ ਦੇ ਨਾਲ ਹੀ ਮੂੰਗੀ ਬਾਸਪਤੀ ਤੇ ਮੱਕੀ ਸਮੇਤ ਫਲਾਂ ਸਬਜ਼ੀਆਂ ਸਾਰੀਆਂ ਬਦਲੀਆਂ ਫਸਲਾਂ ਦਾ ਲਾਭਕਾਰੀ ਐਮਐਸਪੀ ਦੇਣ ਦੇ ਨਾਲ-ਨਾਲ ਇਸ ਦੀ ਖਰੀਦ ਦੀ ਗਰੰਟੀ ਵੀ ਦਿੱਤੀ ਜਾਣੀ ਚਾਹੀਦੀ ਹੈ ਖੁਸ਼ ਖਬਰ ਹੈ 4358 ਕੋਸਟੇਬਲ ਭਰਤੀ ਨੂੰ ਮਾਨ ਸਰਕਾਰ ਵੱਲੋਂ ਮਨਜ਼ੂਰੀ ਜਲਦ ਮਿਲਣਗੇ ਨਿਯੁਕਤੀ ਪੱਤਰ ਦੋਸਤੋ ਸਭ ਤੋਂ ਵੱਡੀ ਖੁਸ਼ਖਬਰੀ ਹੈ ਜੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਜਲਦ ਹੀ 4358 ਕੋਸਟੇਬਲਾਂ ਦੀ ਭਰਤੀ ਕੀਤੀ ਜਾਵੇਗੀ ਉਮੀਦਵਾਰਾਂ ਦੀ ਸਿਲੈਕਸ਼ਨ ਹੋ ਚੁੱਕੀ ਹੈ ਹੁਣ ਜਲਦ ਹੀ ਮਾਨ ਸਰਕਾਰ ਵੱਲੋਂ ਚੁਣੇ ਗਏ ਉਮੀਦਵਾਰਾਂ ਨੂੰ ਮੈਡੀਕਲ ਜਾਂਚ ਤੇ ਤਸਦੀਕ ਤੋਂ ਬਾਅਦ ਨਿਯੁਕਤੀ ਪੱਤਰ ਵੰਡੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਇਸ ਤੇ ਖੁਸ਼ੀ ਜ਼ਾਹਰ ਕੀਤੀ ਹੈ ਤੇ ਕਿਹਾ ਹੈ ਕਿ ਸਰਕਾਰ ਨੇ ਪੰਜਾਬ ਪੁਸਤੇ ਲਈ ਚੁਣੇ ਗਏ 4358 ਕਾਂਸਟੇਬਲ ਦੀ ਭਰਤੀ ਦੀ ਪ੍ਰੀਖਿਆ ਦੇ ਨਤੀਜੇ ਨਿਰਪੱਖ ਢੰਗ ਨਾਲ ਸਿਰੇ ਚੜਿਆ ਹੈ ਦੱਸਣ ਜੋ ਕਿ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਨੌਜਵਾਨਾਂ ਲਈ ਪੰਜਾਬ ਪੁਸਤੇ ਕਾਂਸਟੇਬਲ ਦੀ ਭਰਤੀ ਲੈ ਕੇ 4358 ਪੋਸਟਾਂ ਕੱਢੀਆਂ ਸਨ ਇਸ ਜਿਲਖਤੀ ਪ੍ਰੀਖਿਆ ਸਰੀਰਕ ਪ੍ਰੀਖਿਆ ਤੇ ਡਾਕੂਮੈਂਟ ਵੈਰੀਫਿਕੇਸ਼ਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੂਰੀ ਜ ਹੋ ਚੁੱਕੀ ਸੀ ਉਮੀਦਵਾਰ ਭਰਤੀ ਭਰਤੀਆਂ ਦੀ ਉਡੀਕ ਵਿੱਚ ਬੈਠੇ ਸਨ ਇਨ੍ਹਾਂ ਭਰਤੀਆਂ ਨੂੰ ਲੈ ਕੇ ਨੌਜਵਾਨਾਂ ਦੁਆਰਾ ਲਗਾਤਾਰ ਕੈਂਪ ਕੈਂਪੇਨ ਵੀ ਚਲਾਏ ਜਾਂਦੇ ਸਨ ਭਾਰਤੀਆਂ ਨੂੰ ਲੈ ਕੇ ਵਿਰੋਧੀ ਵੀ ਸਰਕਾਰ ਦੇ ਨਿਸ਼ਾਨੇ ਬਣ ਰਹੇ ਸਨ ਨਵਜੋਤ ਕਾ ਸਿੱਧੂ ਨੇ ਸਿੱਧੂ ਨੂੰ ਲੈ ਕੇ ਆਖੀਆਂ ਇਹ ਗੱਲਾਂ ਸੀਮਾ ਦੀ ਕੀਤੀ ਤਾਰੀਫ਼ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਪਹਿਲੀ ਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਕਾ ਸਿੱਧੂ ਨੇ ਕਿਹਾ ਕਿ ਜੇਲ੍ਹ ਜਾਣ ਤੋਂ ਬਾਅਦ ਨਵਜੋਤ ਸਿੱਧੂ ਨਾਲ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ ਹੈ ਬਿਮਾਰ ਹੋਣ ਕਨ ਉਹਨਾਂ ਦੀ ਡਾਕਟਰ ਨਾਲ ਗੱਲ ਜਰੂਰ ਹੋਈ ਹੈ ਤੇ ਨਵਜੋਦਕੌਰ ਨੇ ਕਿਹਾ ਕਿ ਉਹਨਾਂ ਦੇ ਪਤੀ ਨੂੰ ਜੋ ਬਿਮਾਰੀ ਹੈ ਉਸ ਦਾ ਉਹਨਾਂ ਨੇ ਕਦੇ ਕੋਈ ਇਲਾਜ ਨਹੀਂ ਕਰਵਾਇਆ ਉਹਨਾਂ ਦੇ ਪੈਰ ਤੇ ਸੱਟ ਲੱਗੀ ਹੋਈ ਹੈ ਉਹਨਾਂ ਨੂੰ ਲੀਵਰ ਦੀ ਸਮੱਸਿਆ ਉਹ ਆਪਣੇ ਇਲਾਜ ਵਿਦੇਸ਼ ਦੇ ਡਾਕਟਰ ਨਾਲ ਫੋਨ ਤੇ ਗੱਲਬਾਤ ਕਰਕੇ ਕਰਦੇ ਹਨ ਉਹ ਦਵਾਈਆਂ ਨਹੀਂ ਲੈਂਦੇ ਸਗੋਂ ਫਲਾਂ ਤੇ ਪੱਤਿਆਂ ਦਾ ਜੂਸ ਪੀਂਦੀ ਨੇ ਰੋਡ ਰੇਜ ਮਾਮਲੇ ਲੈ ਕੇ ਨੌਜੋਦਕਰ ਨੇ ਕਿਹਾ ਕਿ ਮੇਰੇ ਪਤੀ ਬੇਕਸੂਰ ਹਨ ਉਹ ਝੂਠ ਨਹੀਂ ਬੋਲਦੀ ਮੇਰੇ ਪਤੀ ਨੇ ਕਦੇ ਵੀ ਉਸ ਵਿਅਕਤੀ ਨੂੰ ਹੱਥ ਨਹੀਂ ਲਾਇਆ ਨੌਜੋਦਕਰ ਨੇ ਕਿਹਾ ਕਿ ਮੇਰੇ ਪਤੀ ਹਮੇਸ਼ਾ ਪੰਜਾਬ ਦੇ ਮੁੱਦਿਆਂ ਲੈ ਕੇ ਖੜੇ ਹੋਇਆ ਹਨ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਆ ਯੂਏਏ ਨੇ ਭਾਰਤੀਆਂ ਦਿੱਤਾ ਵੱਡਾ ਝਟਕਾ ਜੇਬ ਤੇ ਪਵੇਗਾ ਵੱਡਾ ਅਸਰ ਅਰਬ ਅਮੀਰਾਤ ਵਿੱਚ ਰਹਿ ਰਹੇ ਭਾਰਤ-ਪਰਤਨ ਦੇ ਚਾਵਨ ਭਾਰਤੀਆਂ ਦੀਆਂ ਜੇਬਾਂ ਢਿੱਲੀਆਂ ਹੋਣ ਜਾ ਰਹੀਆਂ ਨੇ ਸਾਲ 2019 ਵਿੱਚ ਦੁਬਈ ਤੋਂ ਭਾਰਤ ਆਉਣ ਵਾਲੀਆਂ ਉਡਾਣਾਂਾਂ ਦੇ ਟਿਕਟਾਂ ਦੀ ਕੀਮਤ ਵਿੱਚ ਭਾਰੀ ਵਾਧਾ ਹੋਇਆ ਸੀ ਹੁਣ ਰਿਪੋਰਟਾਂ ਹਨ ਕਿ ਜੁਲਾਈ ਤੋਂ ਵਾਧਾ ਸਾਲ 2019 ਦੇ ਕਿਰਾਏ ਨਾਲੋਂ 10 ਤੋਂ 25% ਜ਼ਿਆਦਾ ਹੋ ਸਕਦਾ ਹੈ 에ਅਰਲਾਈਨਸ ਦੁਬਈ ਤੋਂ ਮੁੰਬਈ ਤੱਕ ਦੀ ਇੱਕ ਤਰਫ ਉਡਾਣ ਲਈ 8000 ਤੋਂ 10000 ਰੁਪਏ ਚਾਰਜ ਕਰ ਰਹੀ ਹੈਨ ਪਰ ਜੁਲਾਈ ਵਿੱਚ ਇਸ ਵਿੱਚ ਭਾਰੀ ਵਾਧਾ ਹੋਣ ਜਾ ਰਿਹਾ ਜੁਲਾਈ ਤੋਂ ਦੁਬਈ ਤੋਂ ਮੁੰਬਈ ਦੀ ਇੱਕ ਤਰਫ ਉਡਾਣ ਦਾ ਕਿਰਾਇ 21000 ਰੁਪਏ ਤੋਂ ਵੱਧ ਹੋਵੇਗਾ ਫਿਲਹਾਲ ਦੁਬਈ ਤੋਂ ਕੋਚੀ ਫਲਾਈਟ ਦੀ ਟਿਕਟ ਲਗਭਗ 10000 ਰੁਪਏ ਤੋਂ 25000 ਰੁਪਏ ਪਰ ਜੁਲਾਈ ਤੋਂ ਇਸ ਦੀ ਟਿਕਟ 42000 ਰੁਪਏ ਜਾਂ ਇਸ ਤੋਂ ਵੱਧ ਹੋਵੇਗੀ ਦੁਬਈ ਦੀ ਦਿੱਲੀ ਦੀ ਫਲਾਈਟ ਟਿਕਟ ਦੀ ਕੀਮਤ ਵੀ ਜੁਲਾਈ ਵਿੱਚ 21000 ਰੁਪਏ ਹੋਵੇਗੀ ਤੇ ਵਰਤਮਾਨ ਵਿੱਚ ਇਸ ਦੀ ਕੀਮਤ ਲਗਭਗ 6000 ਰੁਪਏ ਹੈ ਪਰ ਤੋਂ ਯੂਏਈ ਜਾਣ ਵਾਲੀਆਂ ਉਡਾਨਾਂ ਲਈ ਟਿਕਟਾਂ ਦੀਆਂ ਕੀਮਤਾਂ ਵੀ ਇਸੇ ਤਰ੍ਹਾਂ ਵਧਣਗੀਆਂ 1 ਜੂਨ ਤੋਂ ਮਹਿੰਗੀਆਂ ਹੋ ਰਹੀਆਂ ਹਨ ਇਹ ਚੀਜ਼ਾਂ ਤੁਹਾਡੀ ਜੇਬ ਤੇ ਪਵੇਗਾ ਬੋਝ ਦੋਸਤੋ ਮਈ ਦਾ ਮਹੀਨਾ ਕਰਮਾ ਹੁੰਦੇ ਨੇੜੇ ਜੇਕਰ ਕੰਮ ਦੇ ਦਿਨਾਂ ਦੀ ਗੱਲ ਕਰੀਏ ਤਾਂ ਇਸ ਮਹੀਨੇ ਵਿੱਚ ਸਿਰਫ 2 ਦਿਨ ਹੀ ਬਚੇ ਨੇ ਹਰ ਨਵੇਂ ਮਹੀਨੇ ਸ਼ੁਰੂਆਤ ਬਹੁਤ ਸਾਰੇ ਬਦਲਾਅ ਲੈ ਕੇ ਆਉਂਦੀ ਆਉਣ ਵਾਲਾ ਜੂਰ ਮਹੀਨਾ ਵੀ ਬਦਲਾਅ ਲੈ ਕੇ ਆ ਰਿਹਾ ਜਿਸ ਦਾ ਸਿੱਧਾ ਅਸਰ ਤੁਹਾਡੇ ਤੇ ਪਵੇਗਾ ਉਹ ਜਾਣਦੇ ਇੱਕ ਜੂਨ ਤੋਂ ਹੋਣ ਵਾਲੇ ਅਜਿਹੇ ਬਦਲਾਅਾਂ ਬਾਰੇ SBI ਦੇ ਹੋਮ ਲੋਨ ਦੀ ਵਿਆਜ ਦਰ ਵਾਜ ਜਾਵੇਗੀ ਜੀ ਦੇਸ਼ ਵਿੱਚ ਸਭ ਤੋਂ ਵੱਡੇ ਬੈਂਕ SBI ਨੇ ਹੋਮ ਲੋਨ ਲਈ ਐਕਸਟਰਨਲ ਬੈਂਚਮਾਰਕ ਲੈਂਡਿੰਗ ਰੇਟ ਵਧਾ ਦਿੱਤਾ ਹੈ ਹੁਣ ਇਹ ਬੈਂਚਮਾਰਕ ਦਾ 0.40 ਫੀਦੀ ਤੋਂ ਵਧ ਕੇ 7.05 ਫੀਦੀ ਹੋ ਗਿਆ ਇਸੇ ਤਰ੍ਹਾਂ ਰੈਪੋ ਲਿੰਕਡ ਲੈਂਡਿੰਗ ਵੀ ਲੈਂਡਿੰਗ ਰੇਟ ਵੀ 0.40 ਪਛੇਤ ਵਧ ਕੇ 6.65 ਫੀਸਟ ਹੋ ਗਿਆ ਤੇ ਪਹਿਲਾ ਇਹ ਦੋਵੇਂ ਦਰਾਂ ਕਰਾਂਵਾੜ 6.65 ਫੀਦੀ ਅਤੇ 6.25 ਫੀਦੀ ਸੰ ਭਾਰਤ ਸਟੇਟ ਬੈਂਕ ਦੀ ਵੈਬਸਾਈਟ ਤੇ ਮੌਜੂਦਾ ਜਾਣਕਾਰੀ ਮੁਤਾਬਕ ਹੈ ਵਧੀਆਂ ਵਿਆਜ ਦਰਾਂ 1 ਜੂਨ ਤੋਂ ਲਾਗੂ ਹੋਣਗੀਆਂ ਤੇ SBI ਨੇ ਵੀ ਸੀਮਤ ਲਗਤ ਅਧਾਰਿਤ ਉਧਾਰ ਦਰ ਵਿੱਚ 0.10 10% ਦਾ ਵਾਅਦਾ ਕੀਤਾ ਤੇ ਦੂਜਾ ਜਿਹੜਾ ਬਦਲਾ ਹੈਗਾ ਜੀ ਐਕਸਿਸ ਬੈਂਕ ਨੂੰ ਇਨ੍ਹਾਂ ਖਾਤਿਆਂ ਵਿੱਚ ਜ਼ਿਆਦਾ ਪੈਸਾ ਰੱਖਣਾ ਹੋਵੇਗਾ ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਅਰਧ ਸ਼ਹਿਰੀ ਤੇ ਪਿੰਡੂ ਖੇਤਰ ਲਈ ਆਸਾਨ ਬਚਤ ਤੇ ਤਨਖਾਹ ਪ੍ਰੋਗਰਾਮ ਖਾਤਿਆਂ ਵਿੱਚ ਔਸਤ ਮਾਸਿਕ ਬਕਾਇਆ ਦੀ ਸੀਮਾ 15000 ਰੁਪਏ ਤੋਂ ਵਧਾ ਕੇ 25000 ਰੁਪਏ ਕਰ ਦਿੱਤੀ ਜੇਕਰ ਗਾ ਕੇ 1 ਲੱਖ ਰੁਪਏ ਦੀ ਮਿਆਦੀ ਜਮ੍ਹਾਂ ਰਕਮ ਜਮਾ ਰੱਖਦੇ ਤਾਂ ਉਸ ਨੂੰ ਇਸ ਸ਼ਰਤ ਤੋਂ ਛੋਟ ਦਿੱਤੀ ਜਾਵੇਗੀ ਇਸੇ ਤਰ੍ਹਾਂ ਲਿਬਰਟੀ ਸੇਵਿੰਗ ਅਕਾਊਂਟ ਦੀ ਸੀਮਾ ਵੀ 15000 ਤੋਂ ਵਧਾ ਕੇ 25000 ਰੁਪਏ ਕਰ ਦਿੱਤੀ ਗਈ ਹੈ 골ਡ ਹਾਲ ਮਾਰਕਿੰਗ 골ਡ ਹਾਲ ਮਾਰਕਿੰਗ ਨੂੰ ਲਾਗੂ ਕਰਨ ਦਾ ਦੂਜਾ ਪੜਾਅ ਜਾਵੇਗਾ ਜੀ ਮੋਟਰ ਬੀਮਾ ਪ੍ਰੀਮੀਅਮ ਮਹਿੰਗਾ ਹੋ ਜਾਵੇਗਾ ਜੇ ਗੱਲ ਕਰੀਏ ਇੰਡੀਆ ਪੋਸਟ ਪੇਮੈਂਟ ਬੈਂਕ ਐਸਐਸਸੀ ਵਾਲੂ ਚਾਰਜ ਕਰੇਗਾ ਇੰਡੀਆ ਪੋਸਟ ਪੇਮੈਂਟ ਬੈਂਕਰ ਮਜ਼ਦੂਰਾ ਨੇ ਖੋਲਿਆ ਆਪ ਸਰਕਾਰ ਖਿਲਾਫ ਮੋਰਚਾ 6000 ਰੁਪਏ ਪ੍ਰਤੀ ਏਕੜ ਮੰਗੀ ਮਜ਼ਦੂਰੀ ਦੇਹੜੀ 700 ਰੁਪਏ ਹੋ ਦੋਸਤੋ ਬਰਨਾਲਾ ਵਿੱਚ ਵੱਖ-ਵੱਖ ਟ੍ਰੇਡ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਇਸ ਦੌਰਾਨ ਰੋਸ ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨਿਆਂਗੇ ਤਾਂ ਪੰਜਾਬ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ਇਸ ਮੌਕੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਟ੍ਰੇਡ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਖੁਸ਼ੀ ਸਿੰਘ ਪਰਮਜੀਤ ਕੌਰ ਸੋਨੀ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਭਰ ਦੀਆਂ ਟ੍ਰੇਡ ਯੂਨੀਅਨਾਂ ਇੱਕਜੁੱਟ ਹੋ ਕੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰਨਗੀਆਂ ਮੰਗਾਂ ਲੈ ਕੇ ਦਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਸ ਕੜੀ ਨੂੰ ਲੈ ਕੇ ਟ੍ਰੇਡ ਯੂਨੀਅਨ ਵੱਲੋਂ ਬਰਨਾਲਾ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਮੁੱਖ ਮੰਗਾਂ ਹਨ ਕਿ ਪੰਜਾਬ ਸਰਕਾਰ ਝੋਨੇ ਦੀ ਲਵਾਈ ਦੇ ਬਲੇ ਮਜ਼ਦੂਰਾਂ ਨੂੰ ਸ਼ੇ ਹਜ਼ਾਰ ਰੁਪਏ ਪ੍ਰਤੀ ਏਕੜਾ ਮਜਦੂਰੀ ਦੇਣ ਦਾ ਹੁਕਮ ਜਾਰੀ ਕਰਿਆ ਤੇ ਮਹਿੰਗਾਈ ਦੇ ਮੱਦੇਨਜ਼ਰ ਮਜ਼ਦੂਰਾ ਦੀ ਦਿਹਾੜੀ ਵਧਾ ਕੇ 700 ਰੁਪਏ ਕੀਤੀ ਜਾਵੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿੱਚ ਪਿਛਲੇ 4.5 ਮਹੀਨਿਆਂ ਤੋਂ ਮਨਰੇਗਾ ਦਾ ਕੰਮ ਨਹੀਂ ਚੱਲ ਰਿਹਾ ਜਿਸ ਕਾਰਨ ਮਜ਼ਦੂਰਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਪਿੰਡ ਦੀਆਂ ਕੁੱਝ ਪੰਚਾਇਤਾਂ ਵੱਲੋਂ ਵੋਟਾਂ ਪਾ ਕੇ ਮਜ਼ਦੂਰਾ ਨੂੰ ਝੋਨਾ ਬੀਜਣ ਲਈ ਸਿਰਫ 3000 ਰੁਪਏ ਪ੍ਰਤੀ ਏਕੜ ਮਜ਼ਦੂਰੀ ਦਾ ਮਜ਼ਦੂਰੀ ਦੇਣ ਦਾ ਕੀਤਾ ਜਾ ਰਿਹਾ ਐਲਾਨ ਸਰਾਸਰ ਗਲਤ ਹੈ। ਦਨੇ ਸਾਰੇ ਦੇਸ਼ ਦੇ ਇਹਨਾਂ ਹਿੱਸਿਆਂ 'ਚ بارش ਦਾ ਅਲਰਟ ਜਾਨੋ ਮਾਨਸੂਨ ਨੂੰ ਲੈ ਕੇ ਆਈਐਮਡੀ ਦੀ ਤਾਜ਼ਾ ਅਪਡੇਟ ਦੋਸਤੋ ਦੇਸ਼ ਦੀ ਰਾਜਧਾਨੀ ਦਿੱਲੀ 'ਚ ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਮਿਲੀ ਹੈ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਮੌਸਮ ਵਿੱਚ ਬਦਲਾਅ ਜਿਹੜਾ ਸ਼ੁਰੂ ਹੋ ਗਿਆ ਹੈ ਅੱਜ ਮੌਸਮ ਦਫ਼ਤਰ ਦੀ ਰਿਪੋਰਟ ਅਨੁਸਾਰ 6 ਦਿਨਾਂ ਦੇ ਅੰਤਰਾਲ ਤੋਂ ਬਾਅਦ ਦੱਖਣ ਪੱਛਮੀ ਮਾਨਸੂਨ ਵੀਰਵਾਰ ਨੂੰ ਦੱਖਣੀ ਸ਼੍ਰੀਲੰਕਾ ਨੂੰ ਕਵਰ ਕਰਦੇ ਹੋਏ ਕੇਰਲ ਵੱਲ ਵਧਣਾ ਸ਼ੁਰੂ ਕਰ ਦੇਵੇਗਾ ਅੱਤ ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਦੱਖਣ ਪੱਛਮੀ ਮੌਨਸੂਨ ਦੇ ਦੱਖਣੀ ਅਰਬ ਸਾਗਰ ਦੇ ਕੁਝ ਹਿੱਸਿਆਂ ਨਾਲ ਲੱਗਦੇ ਮਾਲਦੀਵ ਅਤੇ ਲਕਸ਼ਦੀਪਾਤੀ ਕੋਮੋਰਿਨ ਖੇਤ ਦੇ ਕੁਝ ਹਿੱਸਿਆਂ ਵਿੱਚ ਅਗਲੇ 48 ਘੰਟਿਆਂ ਦੌਰਾਨ ਅੱਗੇ ਵਧਣ ਦੇ ਹਾਲਾਤ ਪੂਰੇ ਤਰ੍ਹਾਂ ਅਨੁਕੂਲ ਹਨ ਅਤੇ ਆਈਐਮਡੀ ਨੇ ਕਿਹਾ ਕਿ ਕੇਰਲ ਵਿੱਚ ਮੌਨਸੂਨ ਦੀ ਪ੍ਰਗਤੀ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਕਿ ਚੇਨਈ ਵਿੱਚ ਗਰਜ ਦੇ ਨਾਲ ਭਾਰੀ ਮੀਂਹ ਪੈ ਸਕਦਾ ਹੈ। ਦਿੱਲੀ 'ਚ ਹਾਕੀ ਬੱਦਲਬਾਜ ਦੇ ਨਾਲ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਤੇ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਗਰਦ ਨਾਲ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਤੇ ਅੱਗੇ ਹੈਗਾ ਜੀ ਚੱਕਰਵਾਤੀ ਤੂਫਾਨ ਆਸਾਨੀ ਦੇ ਕਾਰਨ ਮਾਨਸੂਨ ਨੇ ਦੱਖਣ ਪੱਛਮੀ ਵਿੱਚ ਰਫ਼ਤਾਰ ਜਿਹੜੀ ਫੜ ਲਈ ਹੈ ਤੇ ਪੰਜਾਬ ਤੇ ਹਰਿਆਣਾ ਵਿੱਚ ਵੀ ਅੱਜ ਕਈਆਂ ਥਾਵਾਂ ਤੇ ਬੱਦਲ ਛਾਏ ਹੋਏ ਨੇ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਆਈਐਮਡੀ ਵੱਲੋਂ ਜਤਾਈ ਗਈ ਹੈ ਘਰ ਬਣਾਉਣਾ ਹੋਇਆ ਸੌਖਾ ਸੀਮਿੰਟ ਦੀਆਂ ਕੀਮਤਾਂ 'ਚ 20 ਰੁਪਏ ਦੀ ਗਿਰਾਵਟ ਜਾਣੋ ਕਹਿੰਦੇ ਦੋਸਤੋ ਪੰਜਾਬ 'ਚ ਘਰ ਬਣਾਉਣ ਦਾ ਸੁਪਨਾ ਦੇਖ ਰਹੀ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਜੇ ਸਰੀਏਤ ਬਾਦ ਹੁਣ ਸੀਮਿੰਟ ਦੀ ਕੀਮਤ ਵਿੱਚ ਵੀ ਗਿਰਾਵਟ ਆਈ ਹੈ ਜਿਕਰ ਜੋਗੇ ਕਿ ਸੀਮਿੰਟ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਸੀ ਇਸ ਦਾ ਸਭ ਤੋਂ ਵੱਧ ਅਸਰ ਮੱਤਵਰਗ ਨੂੰ ਪੈ ਰਿਹਾ ਸੀ ਪਹਿਲਾਂ ਸੀਮਿੰਟ ਦੀ ਬੋਰੀ 450 ਰੁਪਏ ਦੀ ਮਿਲਦੀ ਸੀ ਹੁਣ 430 ਰੁਪਏ ਮਿਲ ਰਹੀ ਹੈ ਇੱਕ ਬੋਰੀ ਦੀ ਕੀਮਤ ਵਿੱਚ 20 ਰੁਪਏ ਤੋਂ ਵੱਧ ਦੀ ਗਿਰਾਵਟ ਆਈ ਹੈ ਤੇ ਪਿਛਲੇ 1 ਮਹੀਨੇ ਵਿੱਚ ਲਗਭਗ 40 ਤੋਂ 60 ਰੁਪਏ ਪ੍ਰਤੀ ਬੋਰੀ ਸੀਮਿੰਟ ਦੇ ਰੇਟ ਵਸਨ ਪਰ ਸ਼ੁੱਕਰਵਾਰ ਨੂੰ ਸੀਮਿੰਟ 20 ਰੁਪਏ ਪ੍ਰਤੀ ਬੋਰੀ ਸਸਤਾ ਹੋ ਗਿਆ ਹੈ ਇਸ ਨਾਲ ਜਿਹੜਾ ਸੀਮੈਂਟ ਦੇ ਡੇਟਾ ਵਿੱਚ ਥੋੜੀ ਬਹੁਤੀ ਗਿਰਾਵਟ ਨਜ਼ਰ ਆ ਰਹੀ ਹੈ ਜਿਸ ਨਾਲ ਘਰ ਬਣਾਉਣਾ ਸੌਖਾ ਹੋ ਜਾਵੇਗਾ ਤਾਂ ਦੋਸਤੋ ਇਸ ਦੀਆਂ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾ ਤਰੀਨਾਂ ਵੱਡੀਆਂ ਖਬਰਾਂ ਆ ਦੋਸਤੋ ਜੇ ਸਾਡੀ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਆਪਣੀ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਦੋਸਤੋ ਅਸੀਂ ਮਿਲਦੇ ਹਾਂ ਜੀ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੁੰਦੇ ਲਈ ਐਨਾਂ ਹੀ ਧੰਨਵਾਦ ਸਤਿ ਸ਼੍ਰੀ ਅਕਾਲ